ਮਦਦ ਕਰਨ ਦੇ ਬਹਾਨੇ ਲੁਟੇਰੇ ਖੋ ਕੇ ਲੈ ਗਏ ਆਈਫੋਨ। ਗੱਡੀ ਦੀ ਉਡੀਕ ਕਰ ਰਹੇ ਨੌਜਵਾਨ ਨਾਲ ਹੋਈ ਚੋਰੀ ਦੀ ਵਾਰਦਾਤ, ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰਕੇ ਦਿੱਤਾ ਲੁੱਟ ਨੂੰ ਅੰਜਾਮ। ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਇੱਕ ਸ਼ਖਸ ਤੋਂ ਲੁਟੇਰਿਆਂ ਨੇ 1.5 ਲੱਖ ਰੁਪਏ ਦਾ ਆਈਫੋਨ ਖੋਲਿਆ ਤੇ ਇਸ ਦੇ ਨਾਲ ਹੀ ਉਸ ਤੋਂ 40,000 ਰੁਪਏ ਦੀ ਨਕਦੀ ਦੀ ਵੀ ਲੁੱਟ ਕੀਤੀ ਹੈ। ਇਸ ਦੌਰਾਨ ਇਹ ਲੁਟੇਰੇ ਨੌਜਵਾਨ ਤੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰਦੇ ਨੇ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਹੁਣ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਤਾਂ ਦੱਸ ਦੇ ਕਿ ਮਾਮਲਾ ਫਿਲੌਰ ਦਾ, ਜਿੱਥੇ ਇੱਕ ਨੌਜਵਾਨ ਆਪਣੇ ਘਰ ਨੂੰ ਜਾਣ ਲਈ ਰੇਲਵੇ ਸਟੇਸ਼ਨ ਤੇ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਸਦੇ ਕੋਲ ਦੋ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਹੁੰਦੇ ਨੇ ਤੇ ਹਥਿਆਰਾਂ ਦੀ ਨੋਕ ਦੇ ਨਾਲ ਉਸ ਤੋਂ ਲੁੱਟ ਕਰਦੇ ਨੇ, ਜਿਸ ਕਾਰਨ ਇਹ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਜਾਂਦਾ ਹੈ। ਇਸ ਸੰਬੰਧੀ ਜ਼ਖਮੀ ਸ਼ਖਸ ਇਮਰਾਨ ਖਾਨ ਨੇ ਦੱਸਿਆ ਕਿ ਉਹ ਸੂਟਾਂ ਦੀ ਸਿਲਾਈ ਕਢਾਈ ਦਾ ਵਪਾਰ ਕਰਦਾ ਹੈ ਤੇ ਉਸਨੇ ਬਰੇਲੀ ਜਾਣਾ ਸੀ ਤਾਂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਉਹ ਰੇਲ ਗੱਡੀ ਦੀ ਉਡੀਕ ਕਰ ਰਿਹਾ ਸੀ ਤਾਂ ਉਸਦੇ ਕੋਲ ਦੋ ਨੌਜਵਾਨ ਆਉਂਦੇ ਨੇ ਤੇ ਉਸਦਾ ਸਮਾਨ ਰੇਲ ਗੱਡੀ ਵਿੱਚ ਚੜਾਉਣ ਦੀ ਗੱਲ ਆਖਦੇ ਨੇ ਤੇ ਨੌਜਵਾਨਾਂ ਨੇ ਜ਼ਬਰਦਸਤੀ ਉਸਦੇ ਬੈਗ ਨੂੰ ਹੱਥ ਪਾ ਲਿਆ, ਜਿਸਦਾ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੌਜਵਾਨਾਂ ਨੇ ਉਸਤੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਹ ਉਸ ਤੋਂ ਆਈਫੋਨ ਖੋ ਕੇ ਲੈ ਜਾਂਦੇ ਨੇ ਤੇ ਬੈਗ ਦੇ ਵਿੱਚ ਪਈ 40,000 ਦੀ ਨਕਦੀ ਵੀ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਇਸ ਸੰਬੰਧੀ ਸੂਚਨਾ ਜਿਹੜੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਤੇ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਮਰਾਨ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। इमरान खान नाम है पाजी मेरा। हाँ, तो मैं बरेली जा रहा था किसान गाड़ी से। हाँ जी। 3 नंबर प्लेटफॉर्म पे मैया की मंदिर की तरफ मेरा एसी डब्बा लगना था। हाँ। तो उधर जब मैं गया तो जैसे ही मैंने अपना बैग रखा, वैसे ही दो बंदे मेरे पीछे से आ गए थे। और मेरे को पहले बोले हम सामान चढ़ा देंगे, मैं समझ गया कि ये गलत लोग हैं। उन्होंने क्या काम करा, कृपान निकाल दिया मेरा, फोन छीनने लग गए और मेरे सर पे उन्होंने वार करना शुरू कर दिए। क्या क्या आपके साथ छीन लिया? मेरा सामान सारा ले गए, अटैची ले गए मेरा, उसमें मेरा अटैची में मेरा पैसा है 40,000 रुपया, और मेरा एक लिफाफा है उसमें कपड़ा है कम से कम भी 20,000 का, और मेरा फोन है 1.5 लाख का, एप्पल का फोन है मेरा। तो वो मैं अपना फोन बचाने के लिए बहुत कोशिश की, जब मैं कोशिश कर रहा था तो उन्होंने मेरे सर पे वार कर दी कृपान से। फोन मेरा लेके चले गए। कितने लोग थे? दो लोग थे भाजी। दो लोग थे। हाँ जी, हाँ जी। तो कितना नुकसान हो गया आपका? मेरा 1.5 लाख का तो भाजी फोन ही है, 20,000 का मेरा सामान है, 40,000 रुपया मेरा कैश था। पुलिस वाले आ गए थे वहाँ पे? नहीं, कोई नहीं आया था भाजी, वहाँ पे उस समय कोई था ही नहीं, इसलिए उन्होंने जल्दबाजी करके मेरे। आप गाड़ी नहीं चढ़ पाए? नहीं नहीं, गाड़ी उस समय आई नहीं थी, 2 मिनट लगते गाड़ी आने में। गाड़ी आई नहीं थी वहाँ? हाँ, वहाँ पे आ नहीं पाई थी उस समय गाड़ी। हाँ, वहाँ पे उस समय कोई बंदा भी नहीं था, ਤੇ ਕੋਈ ਬੰਦਾ ਹੋਤਾ ਜਿਸ ਮੈਂ ਹੈਲਪ ਲੈ ਲੈਤਾ, ਕੋਈ ਥਾ ਹੀ ਨਹੀਂ ਉਸ ਸਮੇਂ ਵਹਾਂ ਪੇ। ਤੇ ਅਸੀਂ ਇਹ ਕਹਿੰਦੇ ਹਾਂ ਜੀ, ਜੋ ਵੀ ਅਸੀਂ ਮੌਕੇ ਤੇ ਗਏ ਜਾਵਾਂਗੇ ਤੇ ਉਹਨਾਂ ਦੇ ਬਿਆਨ ਹਾਸਲ ਕੀਤੇ ਨੇ, ਜੋ ਮੌਕੇ ਦੇ ਹਿਸਾਬ ਨਾਲ ਕਾਰਵਾਈ ਹੋਈ ਉਹਦੀ ਕਾਰਵਾਈ ਕਰਾਂਗੇ। ਕੀ ਦੱਸਿਆ ਵੀ ਦੋ ਨੌਜਵਾਨਾਂ ਨੇ ਉਹਨਾਂ ਨੂੰ ਲੁੱਟ ਖੋਹ ਕੀਤੀ, ਤੁਸੀਂ ਉਹਨਾਂ ਨਾਲ ਵੈਰੀਫਾਈ ਕੀਤਾ ਵੀ ਕੀ ਉਹਨਾਂ ਨੂੰ ਲੁੱਟ ਖੋਹ, ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਦਾ? ਜੀ, 40,000 ਰੁਪਏ ਦਾ ਕੈਸ਼ ਸੀਗਾ, ਆਈਫੋਨ ਸੀਗਾ ਤੇ 20,000 ਦੇ ਕਢਾਈ ਵਾਲੇ ਕੱਪੜੇ ਦੇ ਸੀ। ਕੀ ਕਾਰਵਾਈ ਹੈ ਤੁਹਾਡੇ ਵੱਲੋਂ? ਅਸੀਂ ਉਹਨਾਂ ਤੇ ਜੀ ਫਿਰ ਜਦੋਂ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਵੀ FIR ਦਰਜ ਕਰਾਂਗੇ। ਸਾਡੇ ਕੋਲ ਤਕਰੀਬਨ 8 ਵਜੇ ਪੇਸ਼ੈਂਟ ਆਇਆ
ਲੁੱਟ ਖੋਹ ਦਾ ਅਤੇ ਸਿਰ 'ਤੇ ਕਾਫੀ ਝੂਠ ਲੱਗੀ ਸੀਗੇ, ਹੈ ਨਾ, ਸ਼ਾਰਪ ਵੈਪਨ ਨਾਲ ਕਿਸੇ ਨਾਲ ਸੱਟਾਂ ਲੱਗੀਆਂ ਸੀਗੀਆਂ। ਨਾਮ ਉਹਦਾ ਇਮਰਾਨ ਖਾਨ ਆ ਅਤੇ 32 ਸਾਲ ਉਮਰ ਤਕਰੀਬਨ। ਰੇਲਵੇ ਸਟੇਸ਼ਨ 'ਤੇ ਸੀਗਾ ਅਤੇ ਟ੍ਰੇਨ ਲੈਣੀ ਸੀ 7 ਵਜੇ ਤਕਰੀਬਨ, ਅਤੇ ਉੱਥੇ 'ਤੇ ਅਟੈਕ ਕੀਤਾ ਅਤੇ ਇਹਦਾ ਫੋਨ ਅਤੇ ਕੁਛ ਪੈਸੇ ਜਾਂ ਕੁਛ ਵੀ ਉਹਨਾਂ ਤੋਂ ਉਹ ਲੁੱਟ ਖੋਹ ਕੀਤੀ ਆ ਅਤੇ ਮਾਰ ਕੇ ਉਹਨੂੰ ਸਿੱਟ ਦਿੱਤਾ। ਫਿਲਹਾਲ ਹੋਸ਼ ਵਿੱਚ ਹੈਗਾ ਵੀ ਸਿੱਟ ਇੰਜਰੀ ਸਿਰ 'ਤੇ ਆ, ਸ਼ਾਰਪ ਆ, ਜਿਹੜੇ ਟਾਂਕੇ ਲਗਾ ਦਿੱਤੇ ਗਏ ਆ, ਹਲੇ ਹੋਸ਼ ਵਿੱਚ ਆ, ਇਸ ਕਰਕੇ ਦੇਖਾਂਗੇ ਸਵੇਰੇ ਸਵੇਰੇ ਇਹਨਾਂ ਦੇ ਐਕਸਰੇ ਕਰਾਵਾਂਗੇ। ਅਗਰ ਇਸ ਦੌਰਾਨ ਰਾਤ ਦੌਰਾਨ ਅਗਰ ਇਹਨਾਂ ਨੂੰ ਪੇਸ਼ੈਂਟ ਨੂੰ ਉਲਟੀ, ਚੱਕਰ ਜਾਂ ਕੁਛ ਹੋਰ ਦਿੱਕਤ ਆਉਂਦੀ ਆ, ਫਿਰ ਸਿਟੀ ਸਕੈਨ ਦੀ ਲੋੜ ਪੈ ਸਕਦੀ ਆ। ਸਿਟੀ ਸਕੈਨ ਦੇ ਲਈ ਸਾਨੂੰ ਸਿਵਲ ਹੋਸਪਿਟਲ ਜਲੰਧਰ ਰੈਫਰ ਕਰਨਾ ਪੈ ਸਕਦਾ ਆ। ਫਿਲਹਾਲ ਹਲੇ ਪੇਸ਼ੈਂਟ ਹੋਸ਼ ਵਿੱਚ ਆ, ਹਲੇ ਇੱਥੇ ਰੱਖਾਂਗੇ, ਸਵੇਰੇ ਐਕਸਰੇ ਕਰਵਾ ਕੇ ਦੇਖਦੀ ਹਾਂ।